ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੂਡੈਂਟਸ ਲਗਾਤਾਰ ਜਨਵਰੀ ਇਨਟੇਕ ਨੂੰ ਲੈ ਕੇ ਕਾਫੀ ਐਕਸਾਈਟਿਡ ਨਜ਼ਰ ਆ ਰਹੇ ਨੇ ਤੇ ਨਾਲ ਦੀ ਨਾਲ ਇੱਥੇ ਬਹੁਤ ਜ਼ਿਆਦਾ ਰਸ਼ ਵੀ ਨਜ਼ਰ ਆ ਰਿਹਾ ਜਿੰਨੇ ਕਿ ਉਮੀਦ ਵੀ ਨਹੀਂ ਕੀਤੀ ਜਾ ਰਹੀ ਸੀ ਉਸ ਤੋਂ ਵੀ ਜ਼ਿਆਦਾ ਰਸ਼ ਇੱਥੇ ਸਟੂਡੈਂਟਸ ਦਾ ਨਜ਼ਰ ਆ ਰਿਹਾ। ਹਾਲਾਂਕਿ ਹਰ ਅਸੀਂ ਜਾਣਦੇ ਹਾਂ ਕਿ ਜਿੰਨੇ ਵੀ ਵਧੀਆ ਪ੍ਰੋਫਾਈਲਸ ਵਾਲੇ ਸਟੂਡੈਂਟਸ ਨੇ ਉਹ ਚਾਹੁੰਦੇ ਨੇ ਕਿ ਅਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰੀਏ, ਸਾਡਾ ਉੱਥੇ ਦਾ ਵੀਜ਼ਾ ਲੱਗ ਕੇ ਆ ਸਕੇ ਅਤੇ ਅੱਗੋਂ ਅਸੀਂ ਫਿਊਚਰ ਦੇ ਲਈ ਨਵੇਂ ਨਵੇਂ ਰਸਤੇ ਜੋ ਹੈ ਆਸਟ੍ਰੇਲੀਆ ਜਾ ਕੇ ਆਪਣੇ ਲਈ ਲੱਭ ਸਕੀਏ। ਪਰ ਇੱਥੇ ਗੱਲ ਇਹ ਆ ਜਾਂਦੀ ਹੈ ਕਿ ਆਖਿਰ ਕਿਉਂ ਇਸ ਟਾਈਮ ਦੇ ਉੱਪਰ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਜਦ ਗੱਲ ਕਰੀਏ ਤਾਂ ਜਨਵਰੀ ਇਨਟੇਕ 'ਤੇ ਇੰਨਾ ਜ਼ਿਆਦਾ ਰਸ਼ ਕਿਉਂ ਵੱਧ ਚੁੱਕਿਆ ਹੈ, ਇਸੇ ਦੇ ਉੱਪਰ ਆਪਾਂ ਗੱਲ ਸਾਂਝੀ ਕਰਨ ਜਾ ਰਹੇ ਹਾਂ ਤਾਂ ਕਿ ਸਟੂਡੈਂਟ ਜ਼ਰੂਰ ਇਹਨਾਂ ਚੀਜ਼ਾਂ ਨੂੰ ਸਮਝਦੇ ਹੋਏ ਆਪਣੀ ਫਾਈਲ ਦੇ ਉੱਪਰ, ਪ੍ਰੋਫਾਈਲ ਦੇ ਉੱਪਰ ਵੀ ਫਟਾਫਟ ਛੇਤੀ ਤੋਂ ਛੇਤੀ ਕੰਮ ਕਰ ਸਕਣ ਤਾਂ ਕਿ ਉਹਨਾਂ ਨੂੰ ਵੀ ਟਾਈਮਲੀ ਸੀਟ ਜ਼ਰੂਰ ਮਿਲ ਸਕੇ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ। ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਅਬਰਾਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਚੀਮਾ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਹਰਜੋਤ ਮੈਮ, ਦੇਖੋ ਜਨਵਰੀ ਇਨਟੇਕ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਇੱਕਦਮ ਰਸ਼ ਬਹੁਤ ਵੱਧ ਗਿਆ। ਉਹਦਾ ਦੇਖੋ ਮੇਨ ਰੀਜ਼ਨ ਇਹ ਵੀ ਹੈ ਕਿ ਜਿਹੜੇ ਦੂਸਰੇ ਕੰਟਰੀਜ਼ ਜਿੱਦਾਂ ਕਿ ਕੈਨੇਡਾ ਦੇ ਵਿੱਚੋਂ ਕਾਫੀ ਨੈਗੇਟਿਵ ਨਿਊਜ਼ ਆ ਰਹੀਆਂ ਔਰ ਬੱਚੇ ਥੋੜ੍ਹੇ ਜਿਹੇ ਨੈਗੇਟਿਵ ਹੋ ਗਏ ਹੈ ਇਹਨਾਂ ਕੰਟਰੀਜ਼ ਨੂੰ ਲੈ ਕੇ, ਤਾਂ ਹਰ ਬੱਚਾ ਹੁਣ ਆਸਟ੍ਰੇਲੀਆ ਤੋਂ ਉਹੀ ਆ। ਦੂਸਰੇ ਪਾਸੇ ਅਗਰ ਅਸੀਂ ਦੇਖੀਏ ਤਾਂ ਆਸਟ੍ਰੇਲੀਆ ਤੋਂ ਬਹੁਤ ਪੋਜ਼ਿਟਿਵ ਨਿਊਜ਼ ਆ ਰਹੀਆਂ, ਬੱਚੇ ਖੁਸ਼ ਆ ਉੱਥੇ, ਜਿਹੜੇ ਪੜ੍ਹ ਰਹੇ ਆ ਯੂਨੀਵਰਸਿਟੀਜ਼ ਅੱਛੀਆਂ ਨੇ, ਸਕਾਲਰਸ਼ਿਪਸ ਅੱਛੀਆਂ ਨੇ, ਕੰਮ ਮਿਲ ਰਿਹਾ ਉੱਥੇ ਲੋਕਾਂ ਨੂੰ ਕਰਨ ਲਈ, ਜਿਹੜੇ ਬੱਚੇ ਪੜ੍ਹ ਰਹੇ ਆ ਉਹਨਾਂ ਦੇ ਨਾਲ ਉਹਨਾਂ ਉਹ ਆਪਣਾ ਕੰਮ ਵੀ ਉਹਨਾਂ ਨੂੰ ਮਿਲਦਾ ਪਿਆ, ਵੇਜ ਰੇਟ ਅੱਛਾ, ਲਿਵਿੰਗ ਦਾ ਸਟੈਂਡਰਡ ਅੱਛਾ। ਇਹ ਕੁਛ ਰੀਜ਼ਨ ਹੈ ਜਿਹਦੇ ਕਰਕੇ ਆਸਟ੍ਰੇਲੀਆ ਦੇ ਵੱਧ ਇੱਕਦਮ ਲੋਕਾਂ ਦਾ ਮਤਲਬ ਫਸਟ ਪ੍ਰੈਫਰੈਂਸ ਆਸਟ੍ਰੇਲੀਆ ਬਣ ਗਿਆ ਹੁਣ। ਬਿਸਾਈਡ ਕੈਪਿੰਗ, ਜਿਹੜੀ ਤੁਸੀਂ ਨਵੀਂ ਨਿਊਜ਼ ਸੁਣੀ ਹੈ ਕਿ ਕੁਛ ਕੈਪਿੰਗ ਹੁਣ ਸਟਾਰਟ ਹੋ ਗਈ ਹੈ, ਯੂਨੀਵਰਸਿਟੀਜ਼ ਨੂੰ ਸੀਟਸ ਬਹੁਤ, ਹਰ ਯੂਨੀਵਰਸਿਟੀ ਦੇ ਵਿੱਚ ਸੀਟਸ ਡਿਵਾਈਡ ਕਰ ਦਿੱਤੀਆਂ ਗਈਆਂ, ਉਹਦੇ ਬਾਵਜੂਦ ਵੀ ਹਰ ਬੱਚਾ ਕੋਸ਼ਿਸ਼ ਕਰ ਰਿਹਾ। ਹੁਣ ਹਰ ਬੱਚੇ ਲੱਗ ਰਿਹਾ ਕਿ ਉਸ ਕੈਪਿੰਗ ਤੋਂ ਪਹਿਲਾਂ ਪਹਿਲਾਂ ਸ਼ਾਇਦ ਮੈਂ ਆਪਣੀ ਫਾਈਲ ਲਗਾ ਦਾਂ ਜਾਂ ਜਨਵਰੀ 'ਚ ਮੇਰਾ ਕੇਸ ਨਿਕਲ ਜਾਏ ਤਾਂ ਮੈਨੂੰ ਈਜ਼ੀਲੀ ਵੀਜ਼ਾ ਮਿਲ ਜਾਏਗਾ। ਇਹ ਕੁਛ ਪੁਆਇੰਟਸ ਹੈ ਜਿਹਦੇ ਕਰਕੇ ਜਨਵਰੀ ਇਨਟੇਕ ਇੱਕ ਕਾਫੀ ਰਸ਼ ਵਾਲਾ ਔਰ ਵੱਡਾ ਇਨਟੇਕ ਦੇ ਵਿੱਚ ਕਨਵਰਟ ਹੋ ਗਿਆ ਹੈ ਔਰ ਬਹੁਤ ਕੋਰਸਿਸ ਵੀ। ਵੈਸੇ ਵੀ ਜਿਹੜਾ ਜਨਵਰੀ ਇਨਟੇਕ ਹੁੰਦਾ ਉਹਦੇ 'ਚ ਹਰ ਯੂਨੀਵਰਸਿਟੀ ਬੇਸਿਕਲੀ ਹਰ ਕੋਰਸ ਆਪਣਾ ਓਪਨ ਕਰ ਦਿੰਦੀ ਹੈ, ਹਰ ਫੀਲਡ ਦੇ ਵਿੱਚ ਬੱਚਿਆਂ ਨੂੰ ਆਪਸ਼ਨਸ ਮਿਲਦੀ ਹੈ। ਕੋਈ ਵੀ ਫੀਲਡ ਦਾ ਬੱਚਾ, ਬੈਕਗਰਾਊਂਡ ਦਾ ਬੱਚਾ, ਉਹਨੂੰ ਜਨਵਰੀ ਦੇ ਵਿੱਚ ਉਹਦਾ ਮਨਪਸੰਦ ਕੋਰਸ ਮਿਲ ਜਾਂਦਾ, ਜਿੱਦਾਂ ਨਰਸਿੰਗ ਪੂਰੇ ਸਾਲ 'ਚ ਹੁੰਦਾ ਹੀ ਜਨਵਰੀ ਦੇ ਵਿੱਚ, ਤਾਂ ਜਿੰਨੇ ਵੀ ਮੈਡੀਕਲ ਦਾ ਬੱਚਾ ਉਹਦੀ ਫਸਟ ਪ੍ਰੈਫਰੈਂਸ ਕਿਤੇ ਨਾ ਕਿਤੇ ਨਰਸਿੰਗ ਹੈ, ਇਸ ਕਰਕੇ ਰਸ਼ ਆਟੋਮੈਟਿਕਲੀ ਹੀ ਵੱਧਦਾ ਜਾ ਰਿਹਾ ਜਨਵਰੀ ਦੇ ਵਿੱਚ। ਹੁਣ ਜਿੰਨੇ ਵੀ ਬੱਚੇ ਹੁਣ ਜਨਵਰੀ ਇਨਟੇਕ ਦੇ ਵਿੱਚ ਅਪਲਾਈ ਕਰ ਰਹੇ ਆ, ਦੇਖੋ ਸਭ ਤੋਂ ਮੇਨ ਜਿਹੜੀ ਚੀਜ਼ ਹੈ ਰਿਕੁਆਇਰਮੈਂਟਸ, ਜਿੱਦਾਂ ਤੁਸੀਂ ਗੱਲ ਕੀਤੀ ਹੈ ਰਿਕੁਆਇਰਮੈਂਟ ਜਨਵਰੀ ਇਨਟੇਕ ਦੇ ਵਿੱਚ ਇਹੀ ਹੈ ਬੱਚਿਆਂ ਦੀ ਕਿ ਜਿੰਨੇ ਵੀ ਸਟੂਡੈਂਟ 60 ਜਾਂ 65% ਅਬਵ ਹੈ ਉਹ ਸਾਰੇ ਐਲੀਜੀਬਲ ਹੈ। ਜੇ ਕੋਈ ਸਟੇਟ ਬੋਰਡ ਦਾ ਬੱਚਾ ਉਹ ਮਿਨੀਮਮ 65 ਅਬਵ ਹੋਵੇ, 70% ਦੇ ਆਸ ਪਾਸ ਹੋਵੇ। ਜਿਹੜੀ ਪਹਿਲਾਂ ਇੱਕ ਨਿਊਜ਼ ਸੀਗੀ ਕਿ ਪੰਜਾਬ ਹਰਿਆਣਾ ਤੋਂ ਬੱਚੇ ਨਹੀਂ ਯੂਨੀਵਰਸਿਟੀਜ਼ ਲੈ ਰਹੀਆਂ, ਉਹ ਵੀ ਬਿਲਕੁਲ ਹੁਣ ਖਤਮ ਹੋ ਚੁੱਕੀ ਹੈ। ਹਰ ਬੱਚੇ ਨੂੰ ਬਹੁਤ ਬੜੇ ਪਿਆਰ ਦੇ ਨਾਲ ਐਡਮਿਸ਼ਨ ਮਿਲਦੀ ਪਈ ਹੈ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦੇ ਵਿੱਚ ਔਰ ਵੀਜ਼ਾ ਵੀ ਮਿਲ ਰਿਹਾ। ਸੋ ਜਿਹੜੀ ਬੇਸਿਕ ਰਿਕੁਆਇਰਮੈਂਟ ਹੈ ਕਿਸੇ ਵੀ ਬੱਚੇ ਲਈ, ਚਾਹੇ ਉਹ ਪਲੱਸ ਟੂ ਪਾਸ ਆਊਟ ਹੈ ਜਾਂ ਬੈਚਲਰਸ ਪਾਸ ਆਊਟ ਹੈ, ਜੇ ਪਲੱਸ ਟੂ ਵਾਲਾ ਬੱਚਾ ਤਾਂ 65-70% ਦੇ ਨਾਲ ਜਾਏ, ਅਗਰ ਉਹਨੂੰ ਸਕਾਲਰਸ਼ਿਪ ਚਾਹੀਦੀ ਹੈ ਤਾਂ ਮੋਰ ਦੈਨ 80% ਵਾਲੇ ਜਿੰਨੇ ਵੀ ਬੱਚੇ ਆ ਉਹ ਸਕਾਲਰਸ਼ਿਪ ਲਈ ਐਲੀਜੀਬਲ ਹੈ। ਬਹੁਤ ਜ਼ਿਆਦਾ ਸਕਾਲਰਸ਼ਿਪਸ ਮਿਲ ਰਹੀਆਂ, ਅਗਰ ਕੋਈ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਜਾ ਰਿਹਾ ਬੱਚਾ, ਮਿਨੀਮਮ ਰਿਕੁਆਇਰਮੈਂਟ 60% ਦੈਨ 65%। ਕੁਛ ਯੂਨੀਵਰਸਿਟੀਜ਼ ਜਿਹੜੀਆਂ ਲੈਵਲ 1 ਦੀਆਂ ਇੰਡੀਆ ਦੇ ਵਿੱਚ ਨੇ, ਜਿੱਦਾਂ ਦਿੱਲੀ ਯੂਨੀਵਰਸਿਟੀ, PU ਹੋ ਗਈ ਸਾਡੀ ਪੰਜਾਬ ਯੂਨੀਵਰਸਿਟੀ, ਅਗਰ 55% ਨਾਲ ਵੀ ਬੱਚਾ ਪਾਸ ਆਊਟ ਹੈ ਉਹ ਵੀ ਮਾਸਟਰਸ ਦੇ ਵਿੱਚ ਅਪਲਾਈ ਕਰ ਸਕਦਾ ਔਰ ਸਕਾਲਰਸ਼ਿਪਸ ਵੀ ਲੈ ਸਕਦੇ ਆ ਬੱਚੇ। ਜਿੰਨੀਆਂ ਸਕਾਲਰਸ਼ਿਪਸ ਪਲੱਸ ਟੂ ਵਾਲੇ ਬੱਚਿਆਂ ਲਈ ਅਵੇਲੇਬਲ ਹੈ ਉਨੀਆਂ ਹੀ ਮਾਸਟਰਸ 'ਚ ਜਿਹੜੇ ਬੱਚੇ ਅਪਲਾਈ ਕਰਦੇ ਆ ਬੈਚਲਰਸ ਤੋਂ ਬਾਅਦ, ਉਹਨਾਂ ਲਈ ਵੀ ਉਨੀਆਂ ਹੀ ਸਕਾਲਰਸ਼ਿਪਸ ਅਵੇਲੇਬਲ ਹੈ। ਸੋ ਇਹ ਗੋਲਡਨ ਓਪਰਚੁਨਿਟੀ ਹੈ ਬੱਚਿਆਂ ਲਈ ਕਿ ਹੁਣ ਜਿੱਦਾਂ ਕਿ ਰਸ਼ ਵੱਧ ਰਿਹਾ ਔਰ ਜਨਵਰੀ ਇਨਟੇਕ ਦੇ ਵਿੱਚ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਕਿ
ਪਹਿਲਾਂ ਨਾਲੋਂ ਨੰਬਰ ਕਾਫੀ ਇਨਕਰੀਜ਼ ਹੋ ਗਏ ਆ ਅਪਲਾਈ ਕਰਨ ਵਾਲਿਆਂ ਦੇ, ਤਾਂ ਮੈਂ ਹਰ ਬੱਚੇ ਨੂੰ ਇਹੀ ਸੁਜੈਸਟ ਕਰੂੰਗਾ ਕਿ ਜਲਦੀ ਤੋਂ ਜਲਦੀ ਅਪਲਾਈ ਕਰੋ, ਕਿਉਂਕਿ ਸਕਾਲਰਸ਼ਿਪਸ ਵੀ ਫਸਟ ਕਮ ਫਸਟ ਸਰਵ ਹੁੰਦੀ ਹੈ, ਜਿੰਨੀ ਜਲਦੀ ਤੁਸੀਂ ਅਪਲਾਈ ਕਰੋਗੇ ਉਨੀ ਜਲਦੀ ਤੁਹਾਨੂੰ ਸਕਾਲਰਸ਼ਿਪ ਮਿਲੇਗੀ। ਹਰਜੋਤ ਮੈਮ, ਦੇਖੋ ਆਇਲਸ ਅਸੀਂ ਇਸੇ ਕਰਕੇ ਸਟਾਰਟ ਕੀਤਾ ਕਿਉਂਕਿ ਸਾਡੇ ਕੋਲ ਕਾਫੀ ਬੱਚੇ ਆਉਂਦੇ ਸੀ ਜਿਹੜੇ ਆਫਰ ਲੈਟਰ ਅਪਲਾਈ ਕਰਨ ਤੋਂ ਬਾਅਦ ਜਾਂ ਫਿਰ ਆਇਲਸ ਦੇ ਵੇਟ ਦੇ ਚੱਕਰ ਦੇ ਵਿੱਚ ਹੀ ਆਫਰ ਲੈਟਰਸ ਡਿਲੇ ਕਰ ਦਿੰਦੇ ਸੀਗੇ ਅਪਲਾਈ ਕਰਨ ਲਈ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਆਪਾਂ ਜਦ ਤੱਕ ਆਇਲਸ ਦਾ ਸਾਡੇ ਕੋਲ ਰਿਜ਼ਲਟ ਨਹੀਂ ਹੋਏਗਾ ਅਸੀਂ ਅਪਲਾਈ ਨਹੀਂ ਕਰ ਸਕਾਂਗੇ। ਬਟ ਹੁਣ ਅਸੀਂ ਬੱਚਿਆਂ ਨੂੰ ਅਵੇਅਰ ਕਰਨਾ ਸਟਾਰਟ ਕੀਤਾ ਔਰ ਜਿੱਦਾਂ ਜਿੱਦਾਂ ਸਾਡੇ ਕੋਲ ਬਲਕ ਵੱਧ ਰਿਹਾ ਸੀ ਆਇਲਸ ਨੂੰ ਇਸੇ ਕਰਕੇ ਪ੍ਰਮੋਟ ਕਰਨਾ ਔਰ ਸਟਾਰਟ ਕੀਤਾ ਹੁਣ ਕਰਨਾ, ਔਰ ਬਹੁਤ ਨੋਮੀਨਲ ਫੀਸ ਦੇ ਉੱਪਰ 999 ਸਾਡੀ ਫੀਸ ਹੈ, ਜਿਹਦੇ ਵਿੱਚ ਅਸੀਂ 3 ਮਹੀਨੇ ਪੜ੍ਹਾਉਂਦੇ ਹਾਂ ਬੱਚੇ ਨੂੰ, ਜਦਕਿ ਬਾਕੀ ਜਿਹੜੇ ਇੰਸਟੀਟਿਊਟਸ ਆ ਉਹ 15-15 16-16 ਹਜ਼ਾਰ 1 ਮਹੀਨੇ ਦੀ ਫੀਸ ਹੀ ਲੈ ਲੈਂਦੇ ਆ। ਉਹਦੇ ਪਿੱਛੇ ਰੀਜ਼ਨ ਸਾਡਾ ਇਹੀ ਸੀਗਾ ਕਿ ਜਦੋਂ ਬੱਚਾ ਸਾਡੇ ਕੋਲ ਇਨਫੋਰਮੇਸ਼ਨ ਲੈਣ ਆਏ ਉਦੋਂ ਹੀ ਉਹ ਸਾਡੇ ਕੋਲ ਆਇਲਸ ਲਈ ਇਨਰੋਲ ਹੋ ਜਾਏ, ਔਰ ਅਸੀਂ ਉਹਦੀ ਕੰਡੀਸ਼ਨਲ ਆਫਰ ਲੈਟਰ ਉਦੋਂ ਹੀ ਅਪਲਾਈ ਕਰ ਲਈਏ ਕਿ ਬੱਚੇ ਦਾ ਟਾਈਮ ਨਾ ਵੇਸਟ ਹੋਏ। ਜਦ ਤੱਕ ਬੱਚਾ ਮਹੀਨਾ ਬੈਠ ਕੇ ਆਪਣੀ 1.5 ਮਹੀਨਾ ਬੈਠ ਕੇ ਆਫਰ ਲੈਟਰ ਦੀ ਵੇਟ ਕਰੇਗਾ, ਹਰ ਯੂਨੀਵਰਸਿਟੀ ਦਾ ਡਿਫਰੈਂਟ ਟਾਈਮ ਹੈ, ਟਰਨ ਅਰਾਊਂਡ ਟਾਈਮ ਹੈ ਆਫਰ ਦੇਣ ਦਾ, ਉਨੇ ਟਾਈਮ ਦੇ ਵਿੱਚ ਬੱਚਾ ਆਪਣਾ ਸਾਡੇ ਕੋਲ ਬੈਠ ਕੇ ਆਇਲਸ ਵੀ ਕਰ ਲਏ, ਆਪਣੀ ਇੰਟਰਵਿਊ ਦੀ ਪ੍ਰਿਪਰੇਸ਼ਨ ਵੀ ਕਰ ਲਏ ਜਿਹੜੀ ਯੂਨੀਵਰਸਿਟੀ ਦੇ ਇੰਟਰਵਿਊ ਲੈਂਦੀ ਹੈ, ਔਰ ਬੱਚੇ ਦਾ ਟਾਈਮ ਸੇਵ ਹੋ ਜਾਂਦਾ। ਇਸੇ ਕਰਕੇ ਅਸੀਂ ਇਹ ਡਿਸੀਜ਼ਨ ਲਿਆ, ਪਹਿਲਾਂ ਸਾਡੇ ਆਇਲਸ ਔਰ ਆਇਲਸ ਦੀ ਕੋਚਿੰਗ ਨਹੀਂ ਸੀਗੀ ਆਇਲਸ ਦੀ PTE ਦੀ, ਬਟ ਹੁਣ ਅਸੀਂ ਇਸੇ ਕਰਕੇ ਸਟਾਰਟ ਕੀਤੀ, ਉਹ ਵੀ ਬਹੁਤ ਨੋਮੀਨਲ ਰੇਟ 'ਤੇ, ਔਰ ਉਹ ਆਫਲਾਈਨ ਐਂਡ ਔਨਲਾਈਨ ਦੋਨੋਂ ਮੋਡਸ ਦੇ ਵਿੱਚ ਅਵੇਲੇਬਲ ਹੈ। ਅਗਰ ਕੋਈ ਬੱਚਾ ਘਰੇ ਬੈਠ ਕੇ ਵੀ ਪੜ੍ਹਨਾ ਚਾਹੁੰਦਾ ਅਸੀਂ ਉਹਨੂੰ ਵੀ ਪੜ੍ਹਾਵਾਂਗੇ, ਜਿਹੜਾ ਆਫਿਸ ਆ ਕੇ ਪੜ੍ਹਨਾ ਚਾਹੁੰਦਾ ਉਹ ਵੀ ਇਹ ਸਾਡੇ ਕੋਲ ਆ ਕੇ ਪੜ੍ਹ ਸਕਦਾ। ਸੋ ਸਟੂਡੈਂਟ ਸਮਝ ਚੁੱਕੇ ਨੇ ਕਿ ਕਿੰਨਾ ਰਸ਼ ਜੋ ਹੈ ਇਸ ਵੇਲੇ ਵੱਧ ਚੁੱਕਿਆ ਹੈ ਜਨਵਰੀ ਇਨਟੇਕ ਦੇ ਲਈ। ਅਗਰ ਤੁਸੀਂ ਵੀ ਜਨਵਰੀ ਇਨਟੇਕ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਫਟਾਫਟ ਅਪਲਾਈ ਕਰੋ ਰਾਈਟ ਗਾਈਡੈਂਸ ਦੇ ਨਾਲ, ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਜਿਹੜੇ ਕੋਰਸ ਵਿੱਚ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਉਹ ਜਨਵਰੀ ਇਨਟੇਕ ਵਿੱਚ ਤੁਹਾਨੂੰ ਮਿਲ ਸਕਦਾ ਜਾਂ ਨਹੀਂ। ਟਾਈਮਲੀ ਪ੍ਰੋਸੈਸ ਸ਼ੁਰੂ ਕਰੋਗੇ ਤਾਂ ਚੰਗੇ ਕੋਰਸਿਸ ਵੀ ਤੁਹਾਨੂੰ ਜ਼ਰੂਰ ਮਿਲ ਜਾਣਗੇ। ਕੋਈ ਹੋਰ ਸਵਾਲ ਹੋਵੇ ਤਾਂ ਨੰਬਰ ਲਗਾਤਾਰ ਡਿਸਪਲੇ ਹੈ ਇਸ ਉੱਪਰ ਕਾਲ ਕਰੋ, ਪੂਰੀ ਇਨਫੋਰਮੇਸ਼ਨ ਲਓ, ਜਾਂ ਫਿਰ ਸਟੱਡੀ ਸਕੇਅਰ ਅਬਰਾਡ ਦੇ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਅਸੈਸਮੈਂਟ ਕਰਕੇ ਤੁਹਾਡੇ ਸਾਰੇ ਡਾਕੂਮੈਂਟਸ ਦੀ ਤੁਹਾਨੂੰ ਚੰਗੀਆਂ ਆਪਸ਼ਨਸ ਟਾਈਮਲੀ ਗਾਈਡ ਕੀਤੀਆਂ ਜਾ ਸਕਣ। ਅਤੇ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ, ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।